परिवार वालों विहुता की कीती कुटमार। विहुता अनुराधा वालों सहुरा परिवार से लाए दाज दहेज के दोष। दाज विच कीती गड्डी की मांग। अनुराधा ने कहा कि पहला भी सहुरा परिवार दी मंगा नू कीता सी पूरा, जिवें कि मेरे जन्मदिन ते इन्हां वालों कीती सी एसी की मांग, ओ भी सी कीती पूरी। सब डिविजन कुलथ विच पैंदे पिंड इब्राहिम वाल दा मामला सामने आया है कि इत्थों दी लड़की अनुराधा पुत्री महिंदर सिंह वासी इब्राहिम वाल ने कहा कि मेरा ब्याह 3 दिसंबर 2021 मेरे माता पिता वालों अपनी हैसियत मुताबिक दाज दहेज दे के ब्याह सोटी पैलेस विच परमिंदर सिंह उफ गगन पुत्र सुखविंदर सिंह वासी पिंड भुलपुर जिला हुशियारपुर नाल कीता सी। अनुराधा ने दसिया कि ब्याह तो 5 दिन पहला सहुरा परिवार वालों सोने के कड़े अते सोने की चैन अते मुंदरिया की मांग की। असी इन्हां दी ए मांग पूरी की। ब्याह तो बाद ए मेरे नाल एक हफ्ता ठीक रहे। हाँ जी, की नाम तुहाडा? अनुराधा। थोड़ा उच्ची बोलियो। अनुराधा। हाँ जी, डॉक्टर ऑफ महिंदर सिंह। कित्थे रहे रहण वाले तुसी? ब्रावन ते। अच्छा, की गल होई है कल? कल सर मेरे सहुरे परिवार वालों मैनूं ए कहा गया कि तैनूं असी मिला के लैके आउणे आ। अच्छा, बच्चे दे नाल मैनूं ले आए आ। ठीक है। सास भी सहुरा भी चाचा सहुरा भी कहिंदे तैनूं मिला के लैके आउणे आ। रस्ते विच असी बेकवाल आए, मेरे घर वाले शराब पीती और मैनूं कहण लग पए कि असी तैनूं छड्डन चलने आ। बेकवाल कहिंदे कि गड्डी की मांग की कि तू गड्डी लैके आवेंगी, तैनूं असी वापस फिर लैके आउणी आ। उन्ने चिर तू रहा इत्थे, मेरे नाल कुटमार करनी शुरू कर दित्ती और मैं अपने घर वाले नूं अपने सहुरे नूं इह गल कही कि मेरे माँ प्यो दी इन्नी हैसियत नहीं कि सब कुछ तैनूं दे सकण, कि मेरे माँ प्यो ने अपनी हैसियत तो वध के तैनूं बहुत कुछ दे दित्ता। तुहाडे कहण ते उन्होंने इन्नियां डिमांडां पूरियां कीतियां, गड्डी दी डिमांड तुहानूं पूरी नहीं कर सकदे हो ना वो कर सकते क्योंकि कर्जा चक्के उन्होंने ब्याह किया। वो कहिंदे फिर तू इत्थे रह। फिर जो पिंड आ गए उन्होंने मैनूं इह गल कही कि तू मतलब कुटना शुरू कर दिता पिंड तक, मैनूं कुटदे ही लै के आए। रस्ते विच आण के मेरे जीजा नूं फोन किया, ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਵੀ ਇੱਥੇ ਆਓ। ਜਿਹੜਾ ਨਾਂ ਕੀ ਆ? ਬਬਲੂ, ਤਾਜਪੁਰ ਤੋਂ। ਅੱਛਾ। ਹਾਂਜੀ, ਉਹਨਾਂ ਨੂੰ ਸੱਦਿਆ ਗਿਆ 4-5 ਵਾਰੀ ਫੋਨ ਕੀਤਾ। ਕਿਹਨੇ ਫੋਨ ਕੀਤਾ ਜੀ? ਇਹ ਪ੍ਰਾਹੁਣੇ ਨੇ ਕੀਤਾ ਮੇਰੇ ਨੇ, ਪਰਮਿੰਦਰ ਸਿੰਘ ਨੇ। ਅੱਛਾ। ਹਾਂਜੀ, ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਇੱਥੇ ਆਓ, ਕੁਛ ਆਪਾਂ ਪੁਰਾਣੀਆਂ ਗੱਲਾਂ ਦਾ ਫੈਸਲਾ ਕਰਨਾ ਤੁਹਾਡੇ ਨਾਲ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਦੇ ਨਾਲ। ਉਸ ਤੋਂ ਬਾਅਦ ਮੇਰੇ ਨਾਲ ਵੀ ਕਾਫੀ ਸਾਰਾ ਬੋਲਦੇ ਆ, ਪਰ ਮੈਂ ਉਹਨਾਂ ਨੂੰ ਕੋਈ ਜਵਾਬ ਦਿੱਤਾ ਨਹੀਂ ਆਪਣੀ ਜਾਨ ਬਚਾਉਣ ਦੀ ਖਾਤਰ, ਕਿਉਂਕਿ ਮੈਨੂੰ ਉਹਨਾਂ ਕੋਲ ਆਪਣੀ ਜਾਨ ਦਾ ਮਤਲਬ ਬਹੁਤ ਜ਼ਿਆਦਾ ਖਤਰਾ ਸੀ ਕਿ ਮੈਨੂੰ ਮਾਰ ਨਾ ਦੇਣ। ਬਹੁਤ ਸਾਰੀਆਂ ਰਸਤੇ ਵਿੱਚ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਇਹਨਾਂ ਵੱਲੋਂ। ਜਦੋਂ ਮੈਂ ਆਪਣੇ ਪਿੰਡ ਆਈ ਉਹਨਾਂ ਨੇ ਮੈਨੂੰ ਮਾਰਦੇ ਲੈ ਕੇ ਆਏ। ਰਸਤੇ ਵਿੱਚ ਇਹਨਾਂ ਨੇ ਬਾਚੂ ਹੌਰਨ ਮਾਰਿਆ ਗੱਡੀ ਦੇ, ਮੇਰੇ ਭਰਾਵਾਂ ਨੇ ਗੇਟ ਖੋਲ ਦਿੱਤਾ, ਘਰ ਵਿੱਚ ਮੇਰੀ ਮਾਂ ਅਤੇ ਮੇਰਾ ਭਰਾ ਸੀ। ਉਸ ਤੋਂ ਬਾਅਦ ਜਦੋਂ ਰਸਤੇ ਵਿੱਚ ਮੈਂ ਫਟਾਫਟ ਗੱਡੀ 'ਚੋਂ ਉਤਰ ਕੇ ਆਪਣੇ ਘਰ ਆਈ, ਮੇਰੇ ਘਰ ਵਾਲੇ ਨੇ ਮੈਨੂੰ ਧੱਕਾ ਮਾਰ ਕੇ ਅੰਦਰ ਵਾੜ ਦਿੱਤਾ ਔਰ ਮੇਰੀ ਮਾਂ ਨੂੰ ਕਿਹਾ ਕਿ ਆ ਲਓ ਫੜੋ ਆਪਣੇ। ਅੱਛਾ, ਤੁਹਾਨੂੰ ਧੱਕਾ ਮਾਰ ਕੇ ਅੰਦਰ ਰੱਖੇ ਸਿੱਟਿਆ? ਹਾਂਜੀ। ਤੁਹਾਡੇ ਘਰ ਵਿੱਚ ਹੀ? ਹਾਂਜੀ, ਸਾਡੇ ਘਰ ਵਿੱਚ ਹੀ। ਠੀਕ ਹੈ। ਉਸ ਤੋਂ ਬਾਅਦ ਫਿਰ ਇਹਨੇ ਘਰ ਵਿੱਚ ਤੁਹਾਡੇ ਝਗੜਾ ਕਿਹਨੇ ਕੀਤਾ ਇਹਨਾਂ ਨੇ? ਹਾਂਜੀ, ਮੇਰੇ ਘਰ ਵਾਲੇ ਨੇ ਝਗੜਾ ਕੀਤਾ, ਮੇਰੀ ਮਾਂ ਦੇ ਹੱਥੀ ਪਿਆ, ਮੇਰੇ ਭਰਾ ਤੁਹਾਡੇ ਘਰ ਵਿੱਚ ਹੀ ਝਗੜਾ ਕੀਤਾ? ਘਰ ਵਿੱਚ ਹੀ ਕੀਤਾ, ਇੱਟਾਂ ਰੋੜੇ ਚਲਾਏ ਬਹੁਤ ਸਾਰੇ ਪਰ ਮੇਰਾ ਜੀਜਾ ਆਇਆ ਹੋਇਆ ਸੀ। ਉਸ ਤੋਂ ਬਾਅਦ ਮੇਰੇ ਜੀਜੇ ਹੋਣੀ ਜਦੋਂ ਪਤਾ ਲੱਗ ਗਿਆ ਕਿ ਇਹ ਆ ਚੁੱਕੇ ਆ, ਉਹ ਮੇਰੇ ਘਰ ਆਏ। ਉਸ ਤੋਂ ਪਹਿਲਾਂ ਘਰ ਕੋਈ ਵੀ ਨਹੀਂ ਸੀ ਸਾਡੇ, ਸਿਰਫ ਮੇਰਾ ਭਰਾ ਅਤੇ ਮੇਰੀ ਮਾਂ ਸੀ। ਤੁਹਾਡੇ ਭਰਾ ਛੋਟਾ, ਕਿੰਨੀ ਉਮਰ ਹੈ ਉਹਦੀ? ਉਹਦੀ ਹੈਗੀ 20 ਸਾਲ, ਬਹੁਤ ਛੋਟਾ ਹਜੇ ਹਲਕਾ ਆ। ਅੱਛਾ। ਇਹਨਾਂ ਨੇ ਸਿਰਫ ਇਹ ਕਿਹਾ ਸੀ, ਇਹ ਸਿਰਫ ਰਸਤੇ ਵਿੱਚ ਇਹ ਪਲੈਨਿੰਗ ਕਰਕੇ ਆਏ ਸੀ ਕਿ ਇਹਦੇ ਭਰਾ ਨੂੰ ਅਤੇ ਇਹਦੀ ਮਾਂ 'ਤੇ ਹਮਲਾ ਕਰਕੇ ਆਉਣਾ, ਇੱਕ ਅੱਧੇ ਨੂੰ ਮਾਰ ਕੇ ਹੀ ਆਉਣਾ। ਅੱਛਾ, ਇਹਨਾਂ ਨੇ ਫਿਰ ਤੁਹਾਡੀ ਸੀ ਕਿ ਸਿਰਫ ਇਹਨਾਂ ਨੇ ਗੱਡੀ ਤੋਂ ਨਾ ਕਰ ਦਿੱਤੀ ਆ ਮੈਨੂੰ, ਇਹਨੇ ਗੱਡੀ 'ਚੋਂ ਹੀ ਜਿਹੜੀ ਅਸੀਂ ਮੰਗ ਕਰਦੇ ਹਾਂ ਵੀ ਗੱਡੀ ਦੀ ਇਹਨੇ ਨਾ ਕਰ ਦਿੱਤੀ ਆ। ਗੱਡੀ ਦੀ ਮੰਗ ਕੀਤੀ ਸੀ, ਕੁਛ ਪੈਸੇ ਦੀ ਵੀ ਮੰਗ ਕੀਤੀ ਸੀ? ਪੈਸੇ ਜਦੋਂ ਸਰ ਰੱਖੜੀ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਹੁਣ ਆਪਣੇ ਭਰਾਵਾਂ ਦੀ ਰੱਖੜੀ ਬੰਨਣ ਚੱਲੀ ਆ, ਕੁਛ ਵੱਡਾ ਗਿਫਟ ਲੈ ਕੇ ਆਈ। ਗਿਫਟ ਲੈ ਕੇ ਆਈ ਕਿ 1 ਲੱਖ ਰੁਪਈਆ ਅਤੇ ਸਕੂਟਰੀ ਦੀ ਚਾਬੀ ਸਾਡੇ ਹੱਥ ਵਿੱਚ ਹੋਣੀ ਚਾਹੀਦੀ। ਸਰ ਕਾਫੀ ਸਾਰੀਆਂ ਮੰਗਾਂ ਮੇਰੇ ਤੋਂ ਕਰਦੀ ਸੀ, ਮੈਂ ਕਾਫੀ ਸਾਰਾ ਐਡਜਸਟਮੈਂਟ ਆਪਣੀ ਜ਼ਿੰਦਗੀ ਨਾਲ ਕਰਦੀ ਰਹੀ ਕਿ ਹਜੇ 1 ਸਾਲ ਸਰ ਹੋਣਾ ਸੀ ਮੈਰਿਜ ਨੂੰ। ਮੇਰੀ ਮੈਰਿਜ 3 ਦਸੰਬਰ 2021 ਨੂੰ ਹੋਈ ਹੈ ਸਰ। ਅੱਛਾ ਜੀ। ਸਰ ਅਜੇ 1 ਸਾਲ ਹੋਣਾ ਆ, ਕਾਫੀ ਸਾਰੀ ਮੈਂ ਐਡਜਸਟਮੈਂਟ ਕਰਦੀ ਕਿ ਆਪ ਹੀ ਹੌਲੀ ਹੌਲੀ ਆਪਣੇ ਆਪ ਨੂੰ ਚੇਂਜ ਕਰਨਗੇ, ਬਟ ਸਰ ਇਹਨਾਂ ਨੇ ਚੇਂਜ ਕਰਨ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ, ਮੈਂ ਸੈਕਰੀਫਾਈਸ ਨਹੀਂ ਕੀਤਾ ਸਰ। ਪਤਾ ਲੱਗਾ ਵੀ ਤੁਹਾਡਾ ਨਾ 19 ਮਾਰਚ ਨੂੰ ਜਨਮ ਦਿਨ ਸੀਗਾ? ਹਾਂਜੀ ਸਰ। ਉਹ ਪੂਰਾ ਫਿਰ ਕੀ ਇਹਨਾਂ ਨੇ ਮੰਗ ਕੀਤੀ ਸੀ ਤੁਹਾਡੇ ਕੋਲ? ਸਰ 19 ਮਾਰਚ ਤੋਂ ਪਹਿਲਾਂ ਜਦੋਂ ਇਹਨਾਂ ਪਤਾ ਲੱਗਿਆ ਕਿ ਕੁੜੀ ਦਾ ਜਨਮ ਦਿਨ ਆ, ਮੇਰੇ ਸਹੁਰੇ ਨੇ ਮੇਰੀ ਸੱਸ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ, ਹੁਣ ਏਸੀ ਆਪਾਂ ਲਗਵਾਉਣਾ ਆ, ਆਪਾਂ ਕੁੜੀ ਨੂੰ ਕਹਿੰਦੇ ਹਾਂ। ਇਹਨਾਂ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਆਪਣੇ ਮਾਂ ਪਿਓ ਨੂੰ ਕਹਿ ਏਸੀ ਦੀ ਮੰਗ ਕਰ। ਸਰ ਮੇਰੇ ਮਾਂ ਪਿਓ ਨੇ ਸਿਰਫ ਆਪਣੀ ਹੈਸੀਅਤ ਤੋਂ ਵੱਧ ਕੇ ਮੈਰਿਜ ਕੀਤੀ ਮੇਰੀ, ਹਰ ਇੱਕ ਚੀਜ਼ ਮੇਰੀ ਮਨਪਸੰਦ ਦੀ ਕਿ ਛੋਟੇ ਰਿਸੋਰਟ 'ਤੇ ਮੇਰਾ ਵਿਆਹ ਸ਼ਾਦੀ ਕੀਤਾ ਗਿਆ। ਠੀਕ ਆ ਸਰ। ਉਸ ਤੋਂ ਬਾਅਦ ਸਰ ਇਹਨਾਂ ਨੇ ਕੀ ਕੀਤਾ, ਮੇਰੇ ਮਾਂ ਪਿਓ ਨੇ ਸਿਰਫ ਪੈਸਾ ਕੈਸ਼ ਲੈ ਕੇ ਆਏ, ਇਹਨਾਂ ਨੇ ਟਾਂਡੇ ਤੋਂ
इलेक्ट्रॉनिक की दुकान तो इन्हों की मनपसंद आई इन्हों लैके दिता सर। उस तो बाद जो शाम पई इन्होंने मेरे झगड़ा करना शुरू कर दिता। उस तो बाद मैंने इन्होंने कहा कि तेन छड़ देना, फिर पता नहीं सर इन्हों के मन में की गल है, फिर मैंने हौली हौली इन्होंने ठीक होना शुरू कर दिता सर। मैं फिर सोचा कि चल अपने आप को चेंज कर लेंगे, पर सर इन्होंने चेंज करने की बिल्कुल कोशिश नहीं की। तो फिर मेरे हसबैंड जी 29 मार्च चले गए, फिर मेरे सास ने मैं परेशान करना शुरू कर दिता। फिर थोड़ी मैरिज 3 दिसंबर 2021 में हुई है, कितना चिर तुम सही रहे ये सोहरा परिवार? मसी हफ्ता है, उस तो बाद मैं देन लैन के महीने बजने शुरू हो गए सर। जो मेरी मैरिज रखी गई थी मेरा माइया लगना सी। अच्छा जी। हाँ जी सर, उस तो पहला फिर मेरे सास वाले का फोन आना शुरू हो गया। उन्होंने कहा कि साड़ियाँ मिलियाँ जड़ियाँ वा कड़िया ना चैनिया ना मुंदिया ना होनी चाहिए सर। फिर तुम कितिया सर? असी मेरे घर वाल ने मेरे परौने चैनी मुंदी पाई, सहरे कहन से कड़ा पाया। की ना ता जी? आशा राणी। हाँ जी, कि पिंड है? पिंड मेरा जी बरौवाल। की गल हुई है कल? कल भाजी इदा भी जिदा की असी बेटी ब्याई है, साड़ी बेटी ने बहुत ज्यादा परेशान करते टॉर्चर करते हैं। कौन करता टॉर्चर? ये प्रौना करता वा गुड़िया का, सास सहरा करते, एक चाचा सहरा नाल रले आया, तो बहुत ज्यादा तंग करते आ समान लैके आ लैके। अच्छा, तो तुसी ब्याह कि पैलेस किया है? असी जी सोडी रिसोर्ट पैलेस किया, ब्याह अपनी हैसियत तो बद ज़्यादा ब्याह किया, वधिया किया जी, करजा चुक के ब्याह किया। ਤੁਹਾਡੀ ਕੁੜੀ ਸੁਖੀ ਆ ਆਪਣੇ ਸਹੁਰੇ ਪਰਿਵਾਰ 'ਚ? ਨਹੀਂ ਜੀ, ਬਹੁਤ ਦੁਖੀ ਆ। ਕਿੰਨਾ ਚਿਰ ਹੋਇਆ ਵਿਆਹ ਨੂੰ? ਵਿਆਹ ਨੂੰ ਸਿਰਫ ਅਜੇ 11 ਮਹੀਨੇ ਹੋਏ। ਠੀਕ ਆ, ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ? ਪ੍ਰਸ਼ਾਸਨ ਤੋਂ ਇਹ ਮੰਗ ਚਾਹੁੰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਬੇਟੀ ਨੂੰ। ਤੁਹਾਡੇ ਘਰ ਆਣ ਕੇ ਤੁਹਾਨੂੰ ਕੁੱਟ ਕੇ ਗਏ? ਹਾਂਜੀ, ਮੈਂ ਘਰ ਇਕੱਲੀ ਸੀ, ਮੇਰਾ ਬੇਟਾ ਆਇਆ। ਅੱਛਾ, ਸਾਡੇ ਘਰ ਹੋਰ ਉਸ ਟਾਈਮ ਕੋਈ ਨਹੀਂ ਸੀਗਾ। ਠੀਕ ਹੈ, ਫਿਰ ਤੁਸੀਂ ਬੇਟੀ ਨੂੰ ਦਾਖਲ ਤੁਸੀਂ ਕਰਾਇਆ ਆਣ ਕੇ? ਹਾਂਜੀ। ਹਾਂਜੀ, ਤੁਸੀਂ ਇਹਨਾਂ ਦਾ ਗੁਆਂਢ ਰਹਿੰਦੇ ਆ? ਹਾਂਜੀ। ਤੇ ਕੀ ਗੱਲ ਹੋਈ ਕੱਲ? ਭਾਜੀ ਇਹ ਕੁੜੀ ਨੂੰ ਵਿੱਕ ਵਾਲੋਂ ਲੈ ਕੇ ਆਏ ਆ। ਅੱਛਾ। ਹਾਂਜੀ, ਤੇ ਇਹਨਾਂ ਨੇ ਕੁੜੀ ਨੂੰ ਕੁੱਟਮਾਰ ਕਰਕੇ ਲੈ ਕੇ ਆਏ, ਜਦੋਂ ਅੰਦਰ ਜਾ ਕੇ ਧੱਕਾ ਦਿੱਤੀ ਆ, ਤੇ ਇਹਨਾਂ ਮਾਂ ਪੁੱਤ ਤੇ ਵੀ ਹਮਲਾ ਕੀਤਾ ਆ ਅੰਦਰ ਵੜ ਕੇ ਹਮਲਾ ਕਰਕੇ। ਤੇ ਫਿਰ ਜਦੋਂ ਰੌਲਾ ਪਿਆ ਆ ਤਾਂ ਅਸੀਂ ਸਾਰੇ ਇਕੱਠੇ ਹੋਏ ਇੱਥੇ, ਅਸੀਂ ਇਹਨੂੰ ਕਿਹਾ ਵੀ ਤੂੰ ਪਿੰਡ ਦਾ ਜਵਾਈ ਭਾਈ ਆ, ਗਗਨ ਨੂੰ ਕਿਹਾ ਵੀ ਇਹ ਗੱਲ ਨਹੀਂ ਚੰਗੀ ਲੱਗਦੀ, ਅੱਜ ਇਹਦੀ ਧੀ ਨਾ ਹੋਈ ਭਲਕੇ ਹੋਰ ਵੀ ਕਿਸੇ ਦੀ ਧੀ ਨਾ ਹੋ ਸਕਦੀ ਆ, ਧੀਆਂ ਹਰ ਇੱਕ ਦੀਆਂ ਸਾਂਝੀਆਂ ਆ। ਤੁਸੀਂ ਸਮਝਾਇਆ ਉਹਨੂੰ ਪਰ ਉਹ ਸਮਝਿਆ ਨਹੀਂ? ਉਹ ਸਮਝਿਆ ਨਹੀਂ, ਉਹਨੇ ਬਹੁਤ ਖਰਾਬੀ ਕੀਤੀ ਆ। ਠੀਕ ਹੈ, ਕਿ ਉਹਨੇ ਦਾਤਰ ਮਾਰਿਆ ਗੱਡੀ ਦੇ ਵਿੱਚ। ਅੱਛਾ ਜੀ। ਹਾਂਜੀ, ਗੱਡੀ ਦਾ ਸ਼ੀਸ਼ਾ ਭੰਨਤਾ? ਹਾਂਜੀ, ਸ਼ੀਸ਼ਾ ਭੰਨ। ਫਿਰ ਗੇਟ ਵਿੱਚ ਵੀ ਕੋਈ ਮਾਰਿਆ? ਗੇਟ 'ਚ ਵੀ ਮਾਰਿਆ ਉਹਨੇ। ਅੱਛਾ, ਉਸ ਤੋਂ ਬਾਅਦ ਫਿਰ? ਫਿਰ ਅਸੀਂ ਇਹਨੂੰ ਸਮਝਾਇਆ, ਨਹੀਂ ਮੰਨਿਆ, ਫਿਰ ਇਹਨੇ ਬੰਦੇ ਬੰਦੇ ਮੰਗਾ ਲਏ ਇੱਥੇ। ਅੱਛਾ, ਤਾਂ ਫਿਰ ਨਹੀਂ ਕੋਈ, ਫਿਰ ਕੁੜੀ ਨੂੰ ਦਾਖਲ ਕਰਾਉਣ ਕਰਾਇਆ ਆ, ਅਤੇ ਇਹਨਾਂ ਨੇ ਮਗਰ ਵੀ ਗੱਡੀਆਂ ਲਾ ਲਈਆਂ ਆ। ਅੱਛਾ, ਹੁਣ ਇਸ ਟਾਈਮ ਕੁੜੀ ਕਿੱਥੇ ਆ? ਕੁੜੀ ਹਸਪੀਟਲ ਐਡਮਿਟ ਆ। ਹਾਂਜੀ, ਠੀਕ ਹੈ। ਪ੍ਰਸ਼ਾਸਨ ਤੋਂ ਮੰਗ ਕੀ ਚਾਹੁੰਦੇ ਆ? ਅਸੀਂ ਇਹੋ ਹੀ ਕਹਿੰਦੇ ਵੀ ਕਿਸੇ ਦੀ ਧੀ ਭੈਣ ਨਾ ਇੱਦਾਂ ਨਹੀਂ ਹੋਣੀ ਚਾਹੀਦੀ, ਜਾਂ ਜੋ ਦੀ ਧੀ ਨਾ ਹੋਈ ਤਾਂ ਭਲ ਕੇ ਸਾਡੀਆਂ ਨਾਲ ਵੀ ਹੋ ਸਕਦੀ ਆ। ਅਸੀਂ ਮੰਗਾਂ ਕਿੱਥੋਂ ਪੂਰੀਆਂ ਕਰਨੀਆਂ ਧੀਆਂ ਦੀਆਂ? ਜਿਹਨੇ ਧੀ ਦੇਤੀ ਉਹਨੇ ਪਿੱਛੇ ਕੀ ਰੱਖਿਆ? ਹਾਂਜੀ, ਹੈ ਨਾ, ਵੀ ਇਹ ਇੱਦਾਂ ਨਹੀਂ ਹੋਣੀ ਸਕਦੀ, ਕਿਸੇ ਦੀ ਧੀ ਨਾਲ ਨਹੀਂ ਹੋਣੀ ਚਾਹੀਦੀ, ਜਾਂ ਜੇ ਨਾ ਹੋਈ ਭਲ ਕੇ ਸਾਡੇ ਨਾਲ ਵੀ ਹੋ ਸਕਦੀ ਆ। ਠੀਕ ਹੈ, ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪੈਣੀ ਚਾਹੀਦੀ ਆ। ਦਰਵਾਜ਼ੇ ਚ ਲਿਆ ਕੇ ਧੱਕਾ ਮਾਰਿਆ ਅੰਦਰ, ਫਿਰ ਇਹਨਾਂ ਨੇ ਦਰਵਾਜ਼ੇ ਦੇ ਵਿੱਚ, ਫਿਰ ਇਹਨਾਂ ਕੋਲ ਅਰਦਾਸ ਸੀਗਾ, ਇਹਨਾਂ ਨੇ ਦਾਤ ਮਾਰਿਆ ਗੇਟ 'ਚ, ਫਿਰ ਇਹਨਾਂ ਨੇ ਉਹ ਗੱਡੀ ਤੋੜੀ, ਇਹ ਗੱਡੀ ਸਾਈਡ 'ਤੇ ਲੱਗੀ ਹੋਈ ਆ। ਹਾਂਜੀ, ਅਤੇ ਫਿਰ ਇਹਨਾਂ ਨੇ ਕਾਫੀ ਕੁੱਟਮਾਰ, ਕਾਫੀ ਗਾਲਾਂ ਕੱਢੀਆਂ ਇਹਨਾਂ ਨੇ, ਅਤੇ ਕਾਫੀ ਇਹਨਾਂ ਨੇ ਕੀਤਾ। ਫਿਰ ਦੇਖੋ ਸਾਰਾ ਪਿੰਡ ਆ, ਗਵਾਹ ਵਾ ਸਾਰਾ ਪਿੰਡ ਇਕੱਠਾ ਹੋਇਆ, ਇਹ ਸਾਰੇ ਲੋਕ ਇਹਨੇ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਚਲੋ ਤੁਸੀਂ ਸਾਡੇ ਜਵਾਈ ਹੋ, ਅਸੀਂ ਤੁਹਾਨੂੰ ਨਹੀਂ ਕੁਛ ਕਹਿੰਦੇ, ਪਰ ਉਹ ਮੰਨਿਆ ਨਹੀਂ, ਉਹਨਾਂ ਨੇ ਸ਼ਰਾਬ ਪੀਤੀ ਪਈ ਸੀਗੀ, ਅਤੇ ਕੁਛ ਹੋਰ ਵੀ ਬੰਦੇ ਨਾਲ ਆਏ, ਗੱਡੀਆਂ ਹੋਰ ਲੈ ਕੇ ਆਏ, ਕਾਫੀ ਬੰਦੇ ਲੈ ਕੇ ਆਏ, ਅਤੇ ਇਹਨਾਂ ਨੇ ਕਾਫੀ ਇੱਥੇ ਆਣ ਕੇ ਕੁੱਟਮਾਰ ਕੀਤੀ ਅਤੇ ਕਾਫੀ ਭੰਨ ਤੋੜ। ਜਿਹੜਾ ਕੁੜੀ ਡੇਪੀ ਬੇਹੋਸ਼ ਹੋ ਗਈ ਉਹਨੂੰ ਦਾਖਲ ਕਰਾਇਆ ਉਹਨਾਂ ਨੇ? ਬਿਲਕੁਲ ਬਿਲਕੁਲ ਜੀ, ਪਤਾ ਨਹੀਂ। ਹਾਂਜੀ, ਕੁੜੀ ਸਿਵਲ ਹਸਪੀਟਲ। ਸੁਣਨ 'ਚ ਆਇਆ ਗੱਲ ਵੀ ਇਹਨਾਂ ਨੇ ਮਗਰ ਗੱਡੀਆਂ ਲਾਈਆਂ ਉਹਨਾਂ ਨੇ? ਹਾਂਜੀ ਹਾਂਜੀ, ਇਹ ਜਦੋਂ ਫਿਰ ਕੁੜੀ ਨੂੰ ਦਾਖਲ ਕਰਾਉਣ ਲੈ ਗਏ, ਉਹ ਫਿਰ ਪਿੱਛੇ ਗੱਡੀਆਂ ਲੈ ਕੇ ਵੀ ਇਹਨਾਂ ਦੇ ਪਿੱਛੇ ਗਏ ਆ, ਅਤੇ ਕਾਫੀ ਇਹਨਾਂ ਨੇ ਕੀਤਾ ਪਿਆ, ਅਤੇ ਹੁਣ ਕੁੜੀ ਐਡਮਿਟ ਹੈ ਉੱਥੇ। ਬਾਬਾ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਰਾਜਕੁਮਾਰ ਹੈ ਜੀ। ਅੱਛਾ, ਜੋ ਮੈਂ ਕਿਹਾ ਵੀ ਕੱਲ੍ਹ ਇੱਥੇ ਕੁੜੀ ਅਨੁਰਾਧਾ ਨਾਲ ਕੁੱਟਮਾਰ ਕੀਤੀ ਗਈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਉਹਨਾਂ ਬਾਰੇ ਕਹਿਣਾ ਬਹੁਤ ਹੀ ਮੱਗ ਭਾਗਾ ਹੈਗਾ, ਔਰ ਕੰਨਿਆਂ ਦੀ ਕੁੱਟਮਾਰ ਕਰਨਾ, ਕੁੜੀ ਦੀ ਕੁੱਟਮਾਰ ਕਰਨਾ, ਆਪਣੇ ਪਰਿਵਾਰ ਵੱਲ ਦੇਖੋ, ਸਮਾਜ ਵੱਲ ਦੇਖੋ, ਅਤੇ ਜਿਹੜਾ ਹੈਗਾ ਆਪਣੇ ਪਰਿਵਾਰ ਦਾ ਵਾਧਾ ਕਿਸ ਤਰ੍ਹਾਂ ਹੋਵੇਗਾ? ਜੇ ਅਸੀਂ ਕੁੱਟਮਾਰ ਕਰਾਂਗੇ, ਚਾਹੇ ਇੱਕ ਦੁਆਰ ਨੂੰ ਕੁੱਟ ਲਿਆ, ਕੁੜੀ ਨੂੰ ਕੁੱਟ ਲਿਆ, ਤਾਂ ਬਹੁਤ ਹੀ ਮੱਦ ਭਾਗਾ ਹੈਗਾ, ਪਰਿਵਾਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਘਾਟ ਆਏਗੀ।
इस कार्ड को पूरी करने वास्ते सरकार ने जोड़े आ कदम चकने चाहिए है कितने कमियां ने उन्होंने पूरी कीतिया जा जिन्ह ने काम किया उन्होंने खिलाफ सख्त तो सख्त जी कार्रवाई होनी चाहिए हैगी जिदा गड्डी की भान तोड़ की हैगी भी नुकसान किया है क्यों किया उस क्यों ताजपुरों जो बार बार फोन करते करके सद्या गया सद के कुट म अपने जी गड्डी भान तोड़ की कोई बार ज़्यादा नुकसान हो कौन सी जो मकान के इटा रोड़े ज मारे आ जा जरा है इन्होंने ये किता बहुत ही मदभागी हैगी जे कोई बंदा मर जाता जो गलबात की कितों से ये पूरा करते हैं सरकार कितों पूरा कर दी है जिसके घर जो हमला किया बहुत ही मदभागी गल हाँ जी की कहना चाहते कल जी कुटमार हुई है कुड़ी राधा की ये बहुत माड़ा काम इन्होंने किया देखो जी रात के समय इन्होंने आके हमला बोलिया वा महापुर दोनों घरे से इन्होंने चंगा काम नहीं किया कुड़ी बेगोवाल लिया गए कुड़ी की कुटमार की है बाद कुड़ी घर छड़ भी गए बाद गड्डी तोड़ी इन्होंने गेट पर हमले मारे आ दोनों माँ पोते घरे से होर इन्हों का परिवार जरा मुंडा बाहर आ प्यो जरा नौकरी करता वा लगता भी इन्होंने ब्याह बहुत वधिया कुड़ी दा कीता बहुत वधिया ब्याह इन्होंने कीता जी इन्होंने कोई कमी नहीं इन्होंने छड़ी पर फिर भी वह कई मंगा करते हैं ये चंगा काम नहीं है इन्होंने मंगा पूरी कीतियां इन्होंने जी मंगा पूरी कीतियां ना कीतियां जी बहुत वधिया इन्होंने ब्याह कीता वा कोई शक नहीं छड़ी इन्होंने ठीक है।